ਤੁਹਾਡੇ ਮੁਖਾਤਿਬ ਹੈ, ਤੁਹਾਡਾ ਸਭ ਦਾ ਆਪਣਾ ਫਨਕਾਰ, ਤੁਹਾਡੀ ਸਭ ਦੀ ਆਪਣੀ ਆਵਾਜ਼, ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿਚਕਾਰ ਸਾਂਝਾ ਦਾ ਨਾਚ, ਸਾਂਝਾ ਦਾ ਤਾਲਨ, ਤੁਹਾਡੀ ਆਪਣੀ ਆਵਾਜ਼ ਜਨਾਬ ਜੱਸਾ ਫਤਿਹਪੁਰੀਆ। ਤੁਹਾਡੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੈ। ਇਸ ਆਵਾਜ਼ ਨੂੰ ਬਹੁਤ ਜਸਰ ਦੇ ਨਾਲ ਸੁਣੀ ਕਰ ਰਹੇ ਹਾਂ ਦੇ ਕੋਲ ਹੋਲ ਵਾਲੀ ਹਲੇ 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 ਤਮਾਮ ਇਸ ਆਵਾਜ਼ ਹੈ ਇਸ ਖੂਬਸੂਰਤ ਮਹਿਫਲ ਦੀ ਖੂਬਸੂਰਤ ਹਲੇ ਔਰ ਸੂਫੀ ਆਵਾਜ਼ ਹੈ ਸੂਫੀ ਆਵਾਜ਼ ਤੁਹਾਡੇ ਖਾਤਰ ਤੁਹਾਡੀ ਆਪਣੀ ਆਵਾਜ਼ ਜਨਾਬ ਜੱਸਾ ਫਤਿਹਪੁਰੀ ਸਾਹਿਬ ਹਲੇ ਹਲੇ ਹਲੋ ਹਲੋ ਹਲੇ ਪਰਮ ਸਤਕਾਰ ਜੋ ਹਲੇ ਇਸ ਦਰਬਾਰ ਦੀ ਗੋਦ ਵਿੱਚ ਬੈਠੀ ਸਾਰੀ ਸੰਗਤ ਮੇਰੇ ਵੀਰ ਮੇਰੇ ਬਜ਼ੁਰਗ ਮੇਰੀਆਂ ਮਾਤਾਵਾਂ ਆਪ ਸਭ ਨੂੰ ਅੱਜ ਦੇ ਇਸ ਮੇਲੇ ਦੀ ਲੱਖ ਲੱਖ ਵਧਾਈ ਹੈ। ਅਜੇ ਨੂੰ ਥੋੜਾ ਜਿਹਾ ਖੋਲਦੇ ਹਲੋ 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 ਥੋੜਾ ਜਿਹਾ ਬੇਸ ਦੀ ਹਲੋ ਹਲੋ ਸੋ ਦਰਬਾਰ ਲੱਖ ਦਾਤਾ ਲਾਲਾਂ ਵਾਲੀ ਸਰਕਾਰ ਜਿੱਥੋਂ ਹਰੇਕ ਝੋਲੀ ਦੇ ਵਿੱਚ ਲਾਲ ਪੈਂਦੇ ਨੇ ਔਰ ਗੱਦੀ ਨਸ਼ੀਨ ਬਾਬਾ ਕੋਲੇ ਸ਼ਾਹ ਜੀ ਜਿਨ੍ਹਾਂ ਦਾ ਹੁਕਮ ਹੋਇਆ ਸੀ ਉਹਨਾਂ ਦੇ ਹੁਕਮ ਦੇ ਵਧੇ ਤੁਹਾਡੇ ਰੂਬਰੂ ਤੁਹਾਡੇ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹਾਂ। ਬਾਪੂ ਦੇਵ ਜੀ ਔਰ ਸੋਨੀਆ ਮਹੰਤ ਜੀ ਸਾਡੇ ਵਿਰਾਜਮਾਨ ਅੱਜ ਇਸ ਮਹਿਫਲ ਦਾ ਸ਼ਿੰਗਾਰ ਨੇ ਹੋਰ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਸੰਤ ਫਕੀਰ ਰੂਹਾਂ ਹਜੇ ਇੱਦਾਂ ਨਾ ਕਰੇ ਮੈਂ ਇਕੱਲੇ ਨੇ ਬਹੁਤ ਕੰਮ ਕਰੀ ਜਾਣਾ ਮੇਰੇ ਤੋਂ ਪਹਿਲਾਂ ਬਹੁਤ ਸਾਰੇ ਔਰ ਸ਼ੁਕਰ ਗੁਜ਼ਾਰਿਆ ਬਿਸਮਿਲ੍ਲਾ
ਲਾਹੇਲਾ ਇਲਲਾ ਮੁਹੰਮਦ ਪਾਕ ਰਸੂਲ ਚੱਲ ਤੂੰ ਜਿਦਾ ਕੁਦਰਤ ਤੇਰੀ ਕਮਾਲ ਤੂੰ ਆਈ ਬਲਾ ਕੋਟਾਲ ਤੂੰ ਹਰ ਵੇਲੇ ਹਰ ਮੈਂ ਆਪਣੀ ਗੱਲ ਤਾਂ ਕਰਦਾ ਹੀ ਨਹੀਂ ਜਿੱਥੇ ਚੱਲਦੀ ਤੇਰੀ ਗੱਲ ਹੋਵੇ ਆਪੇ ਹੀ ਸਾਰੀਆਂ ਸੁਣ ਲੈਣੀ ਜੇ ਤੇਰੀ ਨਜ਼ਰ ਕਿਤੇ ਮੇਰੇ ਵੱਲ ਮੇਰਾ ਕੰਮ ਕਦੇ ਕੋਈ ਅੜਦਾ ਚਾਹੇ ਅੱਜ ਤੇ ਚਾਹੇ ਕੱਲ ਹੋਵੇ ਤੂੰ ਤਾਂ ਰੋਜ਼ ਮੇਰੇ ਵੱਲ ਵੇਖਦਾ ਏ ਤੇਰੀ ਇੱਕ ਹੀ ਨਜ਼ਰ ਨਾ ਮੇਰੇ ਸਾਈਆਂ ਸੋਨਾ ਆਖ ਦਿੱਤਾ ਮੈਂ ਸੋਹਣਾ ਹੀ ਲੱਗਣ ਲੱਗ ਪਿਆ ਮੈਨੂੰ ਸਾਈਆਂ ਸੋਨਾ ਆਖ ਦਿੱਤਾ ਮੈਂ ਸੋਹਣਾ ਹੀ ਲੱਗਣ ਲੱਗ ਪਿਆ ਮੈਂ ਤਾਂ ਇੱਕ ਬੁਝਿਆ ਦੀਵਾ ਸੀ ਜੋ ਫੇਰ ਤੋਂ ਜਗਣ ਲੱਗ ਪਿਆ ਮੈਨੂੰ ਕਮਲਾ ਲੋਕੀ ਸੱਦਦੇ ਸੀ ਉਹਦੇ ਕਹਿਣ ਤੇ ਸਜਣ ਲੱਗ ਪਿਆ ਹੁਣ ਕਿਉਂ ਡੋਲਾ ਮੈਨੂੰ ਕੀ ਪਰਵਾਹ ਜਦੋਂ ਪਰਦੇ ਕੱਜਣ ਉਹਨਾਂ ਮੰਗਿਆ ਨਹੀਂ ਤੂੰ ਜਿੰਨਾ ਬਖਸ਼ ਦਿੱਤਾ ਮੈਂ ਰੱਖਾ ਪਾ ਕੇ ਕੇਸ ਅੱਖਾਂ ਮੀਚੀਆਂ ਤਨ ਤੇ ਚਾਰ ਲੀਰਾਂ ਸਾਹਮਣੇ ਜੋਗ ਨਹੀਂ ਅੱਖੀਆਂ ਹੱਕ ਸੱਚ ਤੇ ਸਿਦਕ ਦੀ ਖਾਈ ਜਾਵਾਂ ਹੱਕ ਸੱਚ ਤੇ ਸਿਦਕ ਦੀ ਖਾਈ ਜਾਵਾਂ ਇੰਨੀ ਮਿਹਰ ਕਰੀ ਤੂੰ ਡੋਲਿਆਂ ਤੇ ਪੈਂਦੀ ਝਲਕ ਮਿੱਟੀ ਦੀ ਪੈਂਦੀ ਝਲਕ ਮਿੱਟੀ ਤੋਂ ਸੋਨੇ ਦੀ ਤੂੰ ਕੀਤੀ ਮੇਰ ਮਿੱਟੀ ਦੀਆਂ ਬੋਲੀਆਂ ਕੰਠ ਮੇ ਮਾਤਾ ਸਰਸਵਤੀ ਤੇਜੀ ਬਾਪੇ ਤਲੀ ਸਿਰ ਪੰਜਾਬ ਪੀਰ ਮੁਰਸ਼ਦ ਦਾ ਤੇ ਮੇਰਾ ਸਾਬਤ ਰਹੇ ਇੱਕ ਉਹ ਗੱਲ ਕਰਨ ਲੱਗਾ ਜਿਹਦਾ ਮੈਂ ਸਾਰੀ ਉਮਰ ਹਮੇਸ਼ਾ ਲਈ ਰਿਣੀ ਹੈ ਜਿਹਦਾ ਕਰਜ਼ਾ ਹੀ ਹੈ ਤੁਸੀਂ ਵੀ ਆਪਾਂ ਆਪਣੀ ਮਾਂ ਦੇ ਕਰਜ਼ਾ ਹੀ ਹੈ ਕਦੀ ਵੀ ਉਹਨਾਂ ਦਾ ਕਰਜ਼ਾ ਨਹੀਂ ਪੂਰਾ ਹੋ ਸਕਦਾ ਇੱਕ ਵਾਰ ਜ਼ੋਰਦਾਰ ਤਾੜੀ ਮਾਰ ਦੇ ਸਭ ਤੋਂ ਪਹਿਲਾਂ ਕਾ ਮਾਂ ਦਾ ਕਰਜ਼ਾਈ ਸਭ ਤੋਂ ਪਹਿਲਾਂ ਮਾਂ ਦਾ ਕਰਜ਼ਾਈ ਜਿਸਨੇ ਜੱਗ ਦਿਖਾਇਆ ਫੇਕਰ ਜਾਈ ਮੁਰਸ਼ਦ ਦਾ ਜਿਨੇ ਮੋਹਲਾ ਯਾਰ ਮੜਾ ਬਾਬਾ ਜੀ ਥੋੜਾ ਜਿਹਾ ਅੱਖ ਬੰਦ ਸਭ ਤੋਂ ਪਹਿਲਾਂ ਮਾਂ ਦਾ ਕਰਜਾਈ ਜਿਸਨੇ ਜੱਗ ਦਿਖਾਇਆ ਫੇਕਰ ਜਾਈ ਮੁਰਸ਼ਦ ਦਾ ਜਿਨੇ ਮੋਹਲਾ ਯਾਰ ਮੜਾਇਆ ਪੰਜ ਪੀਰਾਂ ਦਾ ਪੰਜਾ ਸਿਰ ਤੇ ਮੈਨੂੰ ਮਸਤਾਂ ਗੋਦ ਖੜਾ ਹੋ ਨਾਲ ਮਲੰਗਾਂ ਪੈ ਗਈ ਯਾਰੀ
ਮੈਨੂੰ ਸਾਬਰੀ ਰੰਗ ਚੜਾਇਆ ਨਾਲ ਮਲੰਗਾ ਪੈ ਗਈ ਯਾਰੀ ਹੋ ਮੈਨੂੰ ਸਾਬਰੀ ਰੰਗ ਚੜਾਇਆ ਯਾਰ ਕਲੰਦਰ ਦਿੱਤੇ ਘੁਗਰੂ ਐਸਾ ਭੇਸ ਬਣਾ ਮੈਨੂੰ ਯਾਰ ਕਲੰਦਰ ਦਿੱਤੇ ਘੁਗਰੂ ਐਸਾ ਭੇਸ ਬਣਾਇਆ ਹੋ ਤੇਰੀ ਸਦਾਈ ਬੋੜੀ ਬੋੜੀ ਵੇਖਵਾ ਜਾ ਪੀਰਾ ਮੈਂ ਯਾਰੀ ਜਾਂ ਗੁਜ਼ਾਰਾ ਮੇਰੀ ਰੱਖ ਦਿਓ ਲੱਜ ਪਾਲ ਪਕਾਰਾ ਬੋੜੀ ਬੋੜੀ ਵੇਖਵਾ ਜਾ ਗੁਜ਼ਾਰਾ ਬੋੜੀ ਬੋੜੀ ਵੇਖਵਾ ਜਾ ਪੀਰਾ ਮੇਰੀ ਰੱਖ ਲੈ ਮੇਰੀ ਰੱਖ ਲੈ ਅੱਜ ਪਾ
ਅਰਜਾ ਗੁਜ਼ਾਰਾਂ ਸੋ ਬਹੁਤ ਸਾਰਾ ਮਾਣ ਸਾਡੇ ਸਰਕਾਰਾਂ ਵੱਲੋਂ ਜਿਨ੍ਹਾਂ ਦੇ ਹੁਕਮ ਦੇ ਬੱਦੇ ਇੱਥੇ ਤੁਹਾਡੇ ਵਿੱਚ ਹਾਜ਼ਰ ਲਵਾ ਰਹੇ ਹਾਂ, ਤਹਿ ਦਿਲੋਂ ਸ਼ੁਕਰ ਗੁਜ਼ਾਰ ਹੈ ਜੀ। ਔਰ ਨਾਲ ਦੀ ਨਾਲ ਹੀ ਯਾਰ ਦਾ ਇਸ਼ਕ, ਹਲੋ ਹਲੋ ਇਸ਼ਕ ਕੀ ਹੈ, ਮੈਂ ਮਸਤਾਂ ਦੇ ਸੰਗ ਪੀਤੀ ਮੈਂ ਮਸਤਾਂ ਦੀ ਹੋਈ ਦੀਵਾਨੀ ਮਸਤਾਂ ਵਸ ਵਿੱਚ ਪਹਿਲਾਂ ਸਭ ਕੁਝ ਮਾਰ ਮਕਾਇਆ ਫੇਰ ਇਸ਼ਕ ਗਲ ਲਾਇਆ ਇਹਦੇ ਰਾਣਾ ਪਈ ਏਡਾ ਡਾ ਲੋਕਾਂ ਵੀ ਮੈਂ ਕਿਸੇ ਦੀ ਇੱਕ ਨਹੀਂ ਮੰਨੀ ਮੈਂ ਆਪਣਾ ਸ਼ੌਂਕ ਪਗਾਇਆ ਹੋ ਸਬਰ ਤੇਰੇ ਨੂੰ ਦੇਖ ਕੇ ਖਸਮਾਂ ਆਪਣੇ ਕਰੀ ਕਿਉਂਕਿ ਗਾਉਣ ਦਾ ਬਾਬਾ ਜੀ ਘਰ ਬੜੀ ਜ਼ਰੂਰ ਹੈ, ਗਾਉਣ ਬਾਰੇ ਤਾਂ ਕਦੇ ਸੋਚਿਆ ਵੀ ਨਹੀਂ, ਬਸ ਇਹੀ ਆਸ ਲੈ ਕੇ ਆ ਜਿਹਦਾ ਕਿ ਜੇ ਖਸਮ ਨੇ ਸੱਦ ਲਿਆ ਉਹਨੇ ਗਵਾ ਵੀ ਲੈਣੀ, ਜਦੋਂ ਤੁਰੀ ਦਾ ਆਪਣੇ ਨੂੰ ਨਾਲ ਲੈ ਕੇ ਤੁਰੀ ਦਾ ਵਿਆਹ ਜਾ ਕੰਜਰੀ ਯਾਰ ਬਣਾ ਕੇ ਹੱਟਿਆ ਜਸਪਾਲ ਹੰਸ ਜੀ ਕਿਆ ਬਾਤ ਹੈ, ਦਰਬਾਰ ਸਿੰਘ ਜੀ ਸਾਹਿਬ ਦੇ ਬ੍ਰਦਰ ਬਹੁਤ ਸਰਮਾਨ ਇੱਕ ਗੁਰੂ ਐਵੇਂ ਨਹੀਂ ਪੈ ਜਾਂਦੇ, ਇਹ ਵੰਗਾ ਐਵੇਂ ਨਹੀਂ ਪੈ ਜਾਂਦੀਆਂ, ਜਦੋਂ 99 ਤੋਂ ਬੰਦਾ 0 ਦੇ 8 ਡੈਗਦਾ ਉਦੋਂ ਪੈਂਦੀ ਹੈ। ਹੋ ਕੰਜਰੀ ਯਾਰ ਬਣਾ ਕੇ ਹੱਟਿਆ ਪੈਰੀ ਘੁੰਗਰੂ ਪਾ ਕੇ ਹੱਟਿਆ ਹੁਣ ਸੰਗਣਾ ਤੇ ਕੀ ਸ਼ਰਮਾਉਣਾ ਸਾਰੇ ਪਰਦੇ ਲਾ ਕੇ ਹੱਟਿਆ ਨਾ ਨਾ ਕਰਦੀ ਮੈਂ ਥੱਕ ਗਈ ਸੀ ਨਾ ਨਾ ਕਰਦੀ ਮੈਂ ਥੱਕ ਗਈ ਸੀ ਉਹ ਆਪਣੀ ਈਨ ਪਗਾ ਕੇ ਜਦੋਂ ਖਸਮ ਦੀ ਨਜ਼ਰ ਸਵਾਲੀ ਹੋ ਜਾਂਦੀ ਇਸ਼ਕ ਹੋ ਜਾਂਦੇ ਨੇ ਪਤਾ ਮੈਨੂੰ ਗਾਉਣਾ ਨਹੀਂ ਆਉਂਦਾ ਪਰ ਉਹ ਕਿਵੇਂ ਕਿਵੇਂ ਗਵਾਈ ਜਾਂਦਾ ਮੈਨੂੰ ਇਹ ਵੀ ਨਹੀਂ ਪਤਾ, 20 ਦਿਨ ਹੋ ਗਏ ਲਗਾਤਾਰ ਹਜੇ 20-25 ਦਿਨ ਇੱਦਾਂ ਯਾਰ ਆਦਤ ਹੁ ਮੈਨੂੰ ਨੱਚਣਾ ਨਹੀਂ ਆਉਂਦਾ ਯਾਰ ਕੁੰਬਲ
ਆਸ਼ੀਰਵਾਦ ਮਾਈ ਤੋਰਿਆ ਬਾਬਾ ਕੋਲੇ ਵਾਲੀ ਸਰਕਾਰ ਕੋਲੇਸ਼ਾ ਜੀ ਉਹਨਾਂ ਵੱਲੋਂ ਬੜਾ ਸਾਰਾ ਪਿਆਰ ਬੜਾ ਸਾਰਾ ਆਸ਼ੀਰਵਾਦ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ ਜੀ ਸਾਰੇ ਹੀ ਪ੍ਰਬੰਧਕ ਕਮੇਟੀ ਦੇ ਸਾਰੇ ਸੇਵਾਦਾਰਾਂ ਦੇ ਸਾਡਾ ਵੀਰ ਬੂਟਾ ਸਿੰਘ ਜੀ ਉਹਨਾਂ ਵੱਲੋਂ ਬੜਾ ਸਾਰਾ ਪਿਆਰ ਬੜਾ ਸਾਰਾ ਆਸ਼ੀਰਵਾਦ ਮਾਈ ਤੋਰਿਆ ਉਹਨਾਂ ਦੇ ਵੀ ਤਹਿ ਦਿਲੋਂ ਸ਼ੁਕਰਗੁਜ਼ਾਰ ਕਰ ਮਾਰਦੇ ਸਾਰੇ ਜਣੇ ਵਾਹ ਜੀ ਵਾਹ ਕਿਉਂਕਿ ਤੁਹਾਡੀ ਵੀ ਸਾਰਿਆਂ ਦੀ ਹਾਜ਼ਰੀ ਲੱਗਣੀ ਚਾਹੀਦੀ ਹੈ ਕਿਉਂਕਿ ਹਰ ਇਨਸਾਨ ਦਾ ਫਰਜ਼ ਬਣਦਾ ਹੈ ਹਰ ਇਨਸਾਨ ਦੀ ਡਿਊਟੀ ਬਣਦੀ ਹੈ ਕਿ ਜੇਕਰ ਐਸੀ ਸੁਲੱਖਣੀ ਘੜੀ ਨੂੰ ਆਪਾਂ ਇੱਕ ਥਾਂ 'ਤੇ ਬੈਠ ਕੇ ਇਕੱਤਰ ਹੋ ਕੇ ਬਤੀਤ ਕਰ ਰਹੇ ਹਾਂ ਅਤੇ ਕਿਸੇ ਲੇਖੇ ਲਾਈਏ ਨਾ ਕਿ ਆਪਣੀਆਂ ਗੱਲਾਂ ਦੇ ਵਿੱਚ ਗਵਾਈ